ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਦੇ ਤਹਿਤ ਡੇਰਾਬੱਸੀ ਪਹੁੰਚੇ ਅਤੇ ਲੋਕ ਸਭਾ ਸੀਟ ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਪੂਰੇ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾ ਕੇ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਇਆ ਜਾਵੇ। ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਦਾ ਕੰਮ ਕੀਤਾ ਹੈ, ਅਜਿਹਾ ਕੰਮ ਕਰਨਾ ਰਾਹੁਲ ਗਾਂਧੀ ਦੇ ਵੱਸ ਦੀ ਗੱਲ ਹੀ ਨਹੀਂ। ਦੇਖੋ, ਅੱਜ ਦੇ ਮੌਕੇ 'ਤੇ ਕੋਈ ਬੰਦਾ ਅਜਿਹਾ ਨਹੀਂ ਜਿਹੜਾ ਦੇਸ਼ ਦੀ ਹਕੂਮਤ ਸੰਭਾਲ ਸਕੇ। ਇਹ ਲੋਕਾਂ ਦੇ ਦਿਲਾਂ 'ਚ ਵੱਸ ਗਿਆ ਕਿ ਆਪਾਂ ਨੂੰ ਬਹੁ ਗਿਣਤੀ ਨਾਲ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਔਰ ਪੰਜਾਬ ਵਿੱਚੋਂ ਯੋਗ ਉਹਨਾਂ ਨੂੰ ਇਹ ਸੀਟਾਂ। ਦੇਖੋ, ਬੇਅਦਬੀ ਕਾਂਗਰਸ ਵਾਲੇ ਕਹਿੰਦੇ ਨੇ, ਲੇਕਿਨ ਜਿਹੜਾ ਉਹਨਾਂ ਨੇ ਕੁਛ ਕੀਤਾ ਉਹਨੂੰ ਕੀ ਕਹੂੰਗੇ? ਜਿਹੜਾ ਹਰਿਮੰਦਰ ਸਾਹਿਬ 'ਤੇ ਹਮਲਾ ਹੈ, ਜਾਂ ਅਕਾਲ ਤਖ਼ਤ ਸਾਹਿਬ ਨੂੰ ਟਰਾਂਡੇ ਦੀ ਕੀਤਾ, ਜਾਂ 84 ਦਾ ਕੰਮ ਕੀਤਾ, ਅਸੀਂ ਤਾਂ ਕੁਛ ਕੀਤਾ ਹੀ ਨਹੀਂ। ਸਾਡੇ ਮਗਰ ਤਾਂ ਜ਼ਿਆਦਾ ਪ੍ਰੈਸ਼ਰ ਪਾਤਾ, ਗੁੱਸਾ ਨਾ ਕਰਿਓ, ਜਾਂ ਕਦੇ ਸਿੱਟ ਬਣਾ ਦਿਓ, ਕਦੇ ਫਲਾਨਾ ਕਰ ਦਿਓ, ਆਪਦੇ ਅਫਸਰ ਲੱਗ ਕੇ। ਪਹਿਲਾਂ ਵੀ ਵਿੰਡਿਕਟਿਵ ਨੇਚਰ ਰਹੀ ਹੈ ਰਾਜਾ ਦੀ, ਮੇਰੇ 'ਤੇ ਹੀ ਪਰਚਾ ਹੋਇਆ ਸੀ, ਮੇਰੀ ਵਾਈਫ 'ਤੇ ਵੀ ਹੋਇਆ, ਸੁਖਬੀਰ 'ਤੇ ਵੀ ਹੋਇਆ, ਹੋਰ ਵੀ ਸਾਰੇ 'ਤੇ। ਅੱਜ ਉਹ